ਵਿੱਚ ਗਲਤ ਪ੍ਰਚਾਰ ਕਰਨ ਵਾਲੇ ਤੇ ਕੀਤੀ ਕਾਰਵਾਈ। ਰਾਏਕੋਟ ਤੋਂ ਦਵਿੰਦਰ ਜੈਨ ਦੀ ਰਿਪੋਰਟ। ਰਾਏਕੋਟ ਥਾਣਾ ਮੁਖੀ ਹੀਰਾ ਸਿੰਘ ਸੰਧੂ ਨੇ ਸਾਡੀ ਮੀਡੀਆ ਟੀਮ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੋਰੋਨਾ ਦੀ ਆੜ ਵਿੱਚ ਗਲਤ ਪ੍ਰਚਾਰ ਕਰਨ ਵਾਲੇ ਦੋ ਸ਼ਖਸਾਂ 'ਤੇ ਕੀਤੀ ਕਾਰਵਾਈ। ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਦੋ ਸ਼ਖਸਾਂ ਨੇ ਅਲੱਗ ਅਲੱਗ ਦੋ ਵਟਸਐਪ ਗਰੁੱਪਾਂ ਵਿੱਚ ਗਲਤ ਅਫਵਾਹ ਉਡਾਈ ਅਤੇ ਪ੍ਰਸ਼ਾਸਨ ਅਤੇ ਡਾਕਟਰ 'ਤੇ ਉਂਗਲੀ ਉਠਾਈ, ਜਦਕਿ ਸਭ ਜਾਣਦੇ ਹਨ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਡਾਕਟਰ ਅਤੇ ਪ੍ਰਸ਼ਾਸਨ ਆਪਣੀ ਡਿਊਟੀ ਬਖੂਬੀ ਨਿਭਾ ਰਿਹਾ। ਉਹਨਾਂ ਕਿਹਾ ਕਿ ਉਹਨਾਂ ਇਹ ਕਾਰਵਾਈ ਰਾਏਕੋਟ ਸਿਵਲ ਹਸਪਤਾਲ ਦੇ ਡਾਕਟਰ ਸੁਰਿੰਦਰ ਸਿੰਘ ਵਾਲੀਆ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ, ਮਨੋਜ ਕੁਮਾਰ ਅਤੇ ਵਿਪਨ ਕੁਮਾਰ 'ਤੇ ਕਾਰਵਾਈ ਕੀਤੀ ਹੈ। ਬਾਕੀ ਹੋਰ ਪੁੱਛਗਿੱਛ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਸਰਕਾਰ 'ਤੇ ਸਖ਼ਤ ਹੁਕਮ ਹਨ ਕਿ ਕੋਰੋਨਾ ਦੀ ਅਫਵਾਹ ਫੈਲਾਉਣ ਵਾਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਰਾਏਕੋਟ ਤੋਂ ਦਵਿੰਦਰ ਜੈਨ ਦੀ ਰਿਪੋਰਟ। ਮੈਂ ਕਪਿਲ ਗਰਗ ਰਾਏਕੋਟ ਤੋਂ। ਮੈਂ ਇੱਕ ਰਾਏਕੋਟ ਖਬਰਨਾਮਾ ਗਰੁੱਪ ਦਾ ਐਡਮਿਨ ਹਾਂ। ਸ਼ਨੀਵਾਰ ਦੇ ਦਿਨ ਸਾਡੇ ਗਰੁੱਪ ਦੇ ਮੈਂਬਰ ਮਨੋਜ ਵਰਮਾ ਜੀ ਵੱਲੋਂ ਇੱਕ ਲੁੱਚੀ ਕੁੱਗੀ ਕਾਂ ਬਦਨਾਮ ਦਾ ਇੱਕ ਗਰੁੱਪ ਚੱਲ ਰਿਹਾ, ਉਸ ਦੇ ਵਿੱਚੋਂ ਪੋਸਟ ਚੱਕ ਕੇ ਔਰ ਇੱਕ ਵੀਡੀਓ ਚੱਕ ਕੇ ਮੇਰੇ ਰਾਏਕੋਟ ਖਬਰਨਾਮਾ ਗਰੁੱਪ ਦੇ ਵਿੱਚ ਸ਼ੇਅਰ ਕੀਤੀ ਸੀ, ਜਿਸ ਨੂੰ ਅਸੀਂ ਜਦੋਂ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਅਫਵਾਹਾਂ ਵਾਲੀ ਪੋਸਟ ਹੈ। ਤਾਂ ਮੈਂ ਤੁਰੰਤ ਜਿਹੜਾ ਹੈ ਮਨੋਜ ਵਰਮਾ ਜੀ ਨੂੰ ਜਿਹੜਾ ਫੋਨ ਕੀਤਾ, ਤਾਂ ਮਨੋਜ ਵਰਮਾ ਜੀ ਨੇ ਤੁਰੰਤ ਉਸ ਨੂੰ ਜਿਹੜਾ ਡਿਲੀਟ ਕਰ ਦਿੱਤਾ ਔਰ ਇਸ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਲੱਗ ਗਿਆ। ਇਸ ਨੂੰ ਲੈ ਕੇ ਜਿਹੜਾ ਥਾਣਾ ਸਿਟੀ ਰਾਏਕੋਟ SHO ਸਾਹਿਬ ਨੇ ਉਸ 'ਤੇ ਮਾਮਲਾ ਦਰਜ ਕੀਤਾ, ਪਰਚਾ ਦਰਜ ਕੀਤਾ। ਅਤੇ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਸ ਦੀ ਡਰਾਫਟਿੰਗ ਆ ਜਿਹੜੀ ਕਿਸੇ ਹੋਰ ਨੇ ਕੀਤੀ ਹੈ, ਮਨੋਜ ਵਰਮਾ ਜੀ ਵੱਲੋਂ ਇਸ ਦੀ ਡਰਾਫਟਿੰਗ ਨਹੀਂ ਕੀਤੀ ਗਈ। ਉਹਨਾਂ ਵੱਲੋਂ ਅਚਾਨਕ ਆ ਜਿਹੜਾ ਬਾਈ ਚਾਂਸ ਗਲਤੀ ਦੇ ਨਾਲ ਆ ਉਹ ਮੈਸੇਜ ਔਰ ਵੀਡੀਓ ਪਈ ਔਰ ਉਹਨਾਂ ਨੇ ਉੱਥੇ ਹੀ ਉਸ ਨੂੰ ਸੋਲ ਆਊਟ ਕੀਤਾ ਔਰ ਡਿਲੀਟ ਕੀਤਾ। ਮੈਂ ਇਹ ਔਰ ਇਸ ਰਾਏਕੋਟ ਖਬਰਨਾਮਾ ਦੇ ਗਰੁੱਪ ਦੇ ਵਿੱਚੋਂ ਜਿਹੜਾ ਮਸਲਾ ਸੋਲ ਆਊਟ ਹੋ ਕੇ ਨਿਕਲਿਆ, ਇੱਥੋਂ ਅਫਵਾਹ ਨਹੀਂ ਫੈਲੀ। ਤੇ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ, ਮਨੋਜ ਵਰਮਾ ਜੀ ਨੇ ਲਾਕਡਾਊਨ ਦੇ ਦਰਮਿਆਨ ਆ ਜਿਹੜਾ ਯੋਧਿਆਂ ਦੀ ਤਰ੍ਹਾਂ ਕੰਮ ਕੀਤਾ ਹੈਗਾ ਔਰ ਉਹਨਾਂ ਤੋਂ ਜਿਹੜੀ ਇਹ ਗਲਤੀ ਆ ਜਿਹੜੀ ਅਚਾਨਕ ਹੋਈ ਆ, ਉਹਨਾਂ ਨੇ ਜਾਣ ਬੁੱਝ ਕੇ ਇਹ ਗਲਤੀ ਨਹੀਂ ਕੀਤੀ। ਧੰਨਵਾਦ ਜੀ। ਸਰ, ਜੋ ਰਾਏਕੋਟ ਦੇ ਵਿੱਚ ਕੋਰੋਨਾ ਦੇ ਸੰਬੰਧ ਦੇ ਵਿੱਚ ਕੁਛ ਅਫਵਾਹਾਂ ਉੱਡ ਰਹੀਆਂ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਤੁਸੀਂ ਪੁਲਿਸ ਕੀ ਕਾਰਵਾਈ ਕਰ ਰਹੀ ਹੋ? ਅੱਛਾ, ਜੋ ਕੋਰੋਨਾ ਮਹਾਂਮਾਰੀ ਦੇ ਸੰਬੰਧ ਮੌਜੂਦਾ ਹਾਲਾਤ ਅਤੇ ਉਹਦੇ ਤਹਿਤ ਪਬਲਿਕ ਨੂੰ ਸੁਚੇਤ ਹੋਣ ਦੀ ਲੋੜ ਹੈ। ਤਾਂ ਪਿੱਛੇ ਇੱਕ ਵਿਅਕਤੀ ਦੀ, ਮਹਿੰਦਰਪਾਲ ਦੀ, ਜੋ ਕੋਰੋਨਾ ਪੀੜਿਤ ਸੀ, ਰਜਿੰਦਰਾ ਹੋਸਪਿਟਲ ਪਟਿਆਲਾ ਵਿੱਚ ਮੌਤ ਹੋ ਗਈ ਸੀਗੀ। ਅਤੇ ਉਹਦੇ ਰਿਗਾਰਡਿੰਗ ਜੋ ਵੀ ਬੰਦਿਆਂ ਨੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਈਆਂ ਕਿ ਕੋਰੋਨਾ ਪੇਸ਼ੈਂਟ ਦੇ ਪੋਸਟਮਾਰਟਮ ਕੀਤਾ ਜਾਂਦਾ ਜਾਂ ਵਗੈਰਾ, ਕਦੇ ਕਦੇ ਅਜਿਹੀ ਕੋਈ ਗੱਲ ਨਹੀਂ ਹੈਗੀ। ਅਤੇ ਕਰੋਨਾ ਪੇਸ਼ੈਂਟ ਦਾ ਕਦੇ ਵੀ ਪੋਸਟਮਾਰਟਮ ਨਹੀਂ ਹੁੰਦਾ। ਨੰਬਰ ਇੱਕ। ਅਤੇ ਜੋ ਵੀ ਇਹ ਸੋਸ਼ਲ ਮੀਡੀਆ 'ਤੇ ਵਟਸਐਪ ਗਰੁੱਪ 'ਤੇ ਅਫਵਾਹਾਂ ਫੈਲਾ ਰਹੇ ਸੀਗੇ, ਉਸ ਤਹਿਤ ਜਸਵਿੰਦਰ ਸਿੰਘ ਗਵਾਲੀਆ ਫਾਰਮਾਸਿਸਟ ਨੇ ਆਪਣੇ ਸਿਵਲ ਹੋਸਪਿਟਲ ਰਾਏਕੋਟ ਤੋਂ ਜਿਨ੍ਹਾਂ ਦੇ ਬਿਆਨ 'ਤੇ ਇੱਕ FIR ਦਰਜ ਰਜਿਸਟਰ ਕੀਤੀ ਗਈ ਹੈ। ਵਰਕ ਖਿਲਾਫ ਹੈਗਾ ਹੈ ਮਨੋਜ ਵਰਮਾ ਔਰ ਮਨੋ ਵਾਸੀ ਰਹਿੰਦੇ। ਅੱਗੇ ਜੋ ਤੱਥ ਆਉਣਗੇ, ਜੋ ਤੱਥ ਆਉਣਗੇ ਜੇ ਕੋਈ ਹੋਰ ਵੀ ਬੰਦਾ ਇਹਦੇ ਵਿੱਚ ਸਹੂਲੀਅਤ ਪਾਈ ਜਾਂਦੀ ਹੈ, ਜਿਸ ਨਾਲ ਸਮਾਜ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਹੈ, ਇਹਨਾਂ ਅਫਵਾਹਾਂ ਦੇ ਕਰਕੇ ਸਮਾਜ ਦਾ ਮਾਹੌਲ ਖਰਾਬ ਹੁੰਦਾ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਊਗੀ। ਮੇਰੀ ਸ਼ਹਿਰ ਵਾਸੀਆਂ ਨੂੰ, ਰਾਏਕੋਟ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਮੌਜੂਦਾ ਸਮੇਂ ਵਿੱਚ ਇਸ ਮਹਾਂਮਾਰੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਪਰ ਸਾਨੂੰ ਸੁਚੇਤ ਰਹਿ ਕੇ ਸੁਚੇਤ ਕਰਨਾ, ਜੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪੋਜੀਟਿਵ ਹਾਂ, ਅਤੇ ਹੈਲਥ ਡਿਪਾਰਟਮੈਂਟ ਦਾ ਵੀ ਇਹੀ ਕਹਿਣਾ ਹੈ ਕਿ ਤੁਸੀਂ ਆਪਣੇ ਘਰ ਕੁਆਰੰਟਾਈਨ ਹੋ ਜਾਓ ਔਰ 15 ਦਿਨ ਪ੍ਰੋਪਰ ਟ੍ਰੀਟਮੈਂਟ ਕਰੋ, ਅਤੇ 15-17 ਦਿਨ 'ਚ ਬੰਦਾ ਬਿਲਕੁਲ ਠੀਕ ਹੋ ਜਾਂਦਾ। ਜੇ ਕੋਈ ਬੰਦੇ ਨੂੰ ਪ੍ਰੋਬਲਮ ਆਉਂਦੀ, ਉਹ ਆਪਣਾ ਹੋਸਪਿਟਲ ਜਾ ਕੇ ਕਿਸੇ ਵੀ ਹੋਸਪਿਟਲ ਜਾ ਕੇ ਇਲਾਜ ਕਰਵਾ ਸਕਦਾ ਹੈ। ਠੀਕ।